हाँ जी वीर मेरे सारे वीर सत श्री अकाल वीर अज बड़े भागा वाला दिन वा साढ़े वास्ते कि असी एक धरती उतला स्वर्ग वेखण आए हाँ जिहड़ा स्वर्ग वसदा वा पिंड हसनपुरा जिला लुधियाने दे विच जिन्हों आपां मनुखता की सेवा सब तो वड्डी सेवा दे नाम नाल जानदे हाँ। तो वीर जे भगत पूरन सिंह जी तो बाद कोई सेवा दे विच मतलब कि जिसका सारी दुनिया ने सिजदा किया जिसनों वो आ वीर गुरप्रीत सिंह मिंटू मालवा जिन्हों आप वीर गुरप्रीत मिंटू कह के जानते हैं। तो वीर अज तुहानू दिखावांगा कि जिहड़ा धरती उत्ते स्वर्ग संगत दे सहयोग नाल बनाया वा उत्थे किदां वीर गरीब बेसहारे जिन्हां नू कीड़े पए सी जिन्हां नू जिन्हां दे सक्या ने नहीं पुछिया जिन्हां नू उन्हां दे घरदिआं ने घरों कर दित्ता सीगा कोई टिकाणा नहीं सीगा कोई विचारा छप सड़क ते पिया सीगा कोई विचारा बस अड्डे ते पिया सीगा उन्हां सारिआं नू वीर गुरप्रीत मिंटू ने चक के उन्हां दे कीड़े कढे उन्हां दा इलाज कराया ते उन्हां हुंदा हुण एक मनुखता दी सेवा सब तो वड्डी सेवा संस्था दे विच उन्हां दा दिन रात उन्हां दी सेवा कर रहे आ। असीं वीर गुरप्रीत मिंटू नू सिजदा करदे आ सिर झुकदा वा 100 वार इहो जिहे सूरमे अगे ਤਾਂ ਅਤੇ ਜਿਹੜੇ ਮਨੁੱਖਤਾ ਦੀ ਸੇਵਾ ਨਿਸ਼ਕਾਮ ਸੇਵਾ ਕਰ ਰਹੇ ਆ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਚੀਜ਼ ਦੇ ਸੇਵਾ ਕਰ ਰਹੇ ਆ। ਆਓ ਵੀਰੋ ਤੁਹਾਨੂੰ ਅੱਜ ਸੁਪਨਿਆਂ ਦਾ ਘਰ ਦਿਖਾਉਂਦੇ ਹਾਂ ਅਤੇ ਇਸ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਕਿ ਗੁਰਪ੍ਰੀਤ ਮਿੰਟੂ ਵੀਰ ਜੀ ਨੇ ਜਿਹੜਾ ਸੁਪਨਿਆਂ ਦਾ ਘਰ ਬਣਾਇਆ ਵਾ ਉਹ ਕਿੱਦਾਂ ਕਿੱਦਾਂ ਉਹਦੇ ਵਿੱਚ ਸਾਰੇ ਵੀਰ ਰਲ ਮਿਲ ਕੇ ਸੇਵਾ ਕਰਦੇ ਆ ਅਤੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ। ਸੋ ਇਸ ਵੀਡੀਓ ਨੂੰ ਥੋੜ੍ਹੀ ਲੰਬੀ ਜ਼ਰੂਰ ਹੋਵੇਗੀ ਪਰ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ ਵੀਰੋ। ਜਲਦੀ 'ਚ ਸਾਨੂੰ ਇਹ ਟੀਮ ਦੇ ਸ਼ੈਡੀ ਪਾਉਣੇ ਪਏ ਸੀਗੇ। ਹਾਂਜੀ ਗਰਮੀ 'ਚ ਤਾਂ ਤਪਦੀ ਹੁੰਦੀ ਹੈ ਤਾਂ ਹੀ ਇਹਦੇ ਉੱਤੇ ਸਲਵਾੜ ਵਗੈਰਾ ਪਾਇਆ ਹੋਇਆ ਸੀ। ਅੱਛਾ ਇਧਰੋਂ ਦਿਖਦਾ ਜੀ ਤੁਹਾਨੂੰ ਉਧਰੋਂ ਉਹਦੇ ਹਾਂ ਹਾਂਜੀ ਹਾਂਜੀ ਫੋਨ ਕਰਕੇ ਥੋੜਾ ਜਿਹਾ ਫੇਰ ਠੀਕ ਰਹਿੰਦਾ ਵੀਰੇ ਆਪਣਾ ਇੱਦਾਂ ਕਿਤੇ ਹੋਊਗਾ ਹਨਾ ਆਪਣਾ ਦੋਗਨਾਲ ਜਗ੍ਹਾ ਤੇ ਹੋਊਗੀ ਮੇਰੇ ਖਿਆਲ ਨਾਲ ਬਾਪੂ ਗੋਪਾਲ ਸਿੰਘ ਜੀ ਦੀ ਆਪਾਂ ਜਿਨ੍ਹਾਂ ਦੀ ਆਪਾਂ ਵੀਡੀਓ ਦੇਖ ਦਿੰਦੇ ਹਾਂ ਤੇ ਅੱਜ ਵੇਖ ਲਓ ਇੰਨੇ ਆਲੀਸ਼ਾਨ ਘਰ ਦੇ ਵਿੱਚ ਮੇਰੇ ਹਿਸਾਬ ਨਾਲ ਦੂਜੇ ਨਹੀਂ ਰਹਿੰਦੇ ਹੋਗੇ ਜਿਹੜੇ ਵੱਡੇ ਵੱਡੇ ਪ੍ਰੋਪਰਟੀ ਵਾਲੇ ਜਿਹੜੇ ਐਲੀਸ਼ਾਨ ਦੇ ਘਰ ਦੇ ਵਿੱਚ ਬਾਪੂ ਜੀ ਰਹਿ ਰਹੇ ਆ। ਇਸ ਵੀਰ ਗੁਰਪ੍ਰੀਤ ਮਿੰਟੂ ਹੋਣਾ ਦੀ ਵੀਰ ਹੋਣਾ ਦੀ ਦੇਣ ਖੁਸ਼ ਬਾਪੂ ਜੀ ਠੀਕ ਠਾਕ ਸਿਹਤ ਸ਼ੁਕਰ ਰੱਬ ਦਾ ਹਾਂਜੀ ਬਾਪੂ ਜੀ ਦਾ ਨੀ ਪਤਾ ਲੱਗਿਆ ਕਿੱਥੋਂ ਅੱਛਾ ਆ ਸਾਰਾ ਮਤਲਬ ਲਿਖ ਕੇ ਵੀ ਪਾਇਆ ਇਹਨਾਂ ਦਾ ਟਾਈਮ ਮਤਲਬ ਕਿ ਜੋ ਇਹਨਾਂ ਨੂੰ ਫੀਡ ਦਿੰਦੇ ਜਾਂ ਕੁਝ ਵੀ ਹੈਨਾ ਚੈੱਕ ਅਪ ਵਗੈਰਾ ਹੁੰਦਾ ਰੂਟੀਨ ਚ। ਅੱਛਾ ਅੱਛਾ ਬੀਪੀ ਹੁੰਦਾ ਵਾ ਸ਼ੂਗਰ ਹੁੰਦੀ ਆ ਤੇ ਟੈਂਪਰੇਚਰ ਚੈੱਕ ਹੁੰਦਾ ਹੈ ਜੀ। ਠੀਕ ਹੈ ਜੀ ਨਾਲ ਹੀ ਇਹਨਾਂ ਦੀ ਫਾਈਲਾਂ ਅਟੈਚ ਕੀਤੀਆਂ ਗਏ ਥੋੜੇ ਜਿਹੇ ਖੰਘ ਦੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਜ਼ਿਆਦਾ ਚਾਹ ਪੀ ਲੈਂਦੇ ਆ ਜਾਂ ਕਈ ਵਾਰ ਕੁਝ ਇਦਾਂ ਦਾ ਖਾ ਲੈਂਦੇ ਆ ਕਾ ਵੀ ਬਾਪੂ ਜ਼ਿਆਦਾ ਲੈਣਾ ਮੇਰੇ ਕੋਲ ਜ਼ਿਆਦਾ ਧਿਆਨ ਰੱਖਣ ਲਈ ਇਹਨਾਂ ਨੂੰ ਇੱਥੇ ਰੱਖਿਆ ਗਿਆ ਹਾਂ ਵੀ ਥੋੜਾ ਜਿਹਾ ਸਿਹਤ ਠੀਕ ਰਵੇ ਇਹਨਾਂ ਦੀ ਖੁਸ਼ ਹੈ ਨਾ ਬਾਪੂ ਚਾਹਣਾ ਇਦਾਂ ਹੀ ਇੱਥੇ ਸਾਡੇ ਕੋਲੇ ਫਿਜ਼ੀਓਥੈਰੇਪੀ ਵਾਲਾ ਸਟਾਫ ਹੁੰਦਾ ਵਾ ਜਿਹੜੇ ਵੀਰ ਫਿਜ਼ੀਓਥੈਰੇਪੀ ਕਰਾਉਂਦੇ ਆ ਹਾਂਜੀ ਹੁਣ ਜ਼ਿਆਦਾਤਰ ਤੁਹਾਨੂੰ ਪਤਾ ਹੀ ਹੈ ਪੇਡ ਵੀ ਹੋਣਗੇ ਕਈ ਵਿੱਚ ਪੇਡ ਵੀ ਹੋਣਗੇ ਹਾਂ ਵੀਰੇ ਕਈ ਪੇਡ ਵੀ ਹੈਗੇ ਕਈ ਸੇਵਾ ਲਈ ਵੀ ਹੈਗੇ ਜੀ ਇੱਥੇ ਜਿਵੇਂ ਹੁਣ ਲਾ ਲਓ ਇੰਨਾ ਸੰਗਤ ਇੰਨੀ ਜ਼ਿਆਦੀ ਆ ਤੇ ਹਾਂ ਤੇ ਹੁਣ ਸੀਗਾ ਕਿ ਆਸ਼ਰਮ ਵਾਸਤੇ ਜਗ੍ਹਾ ਲਈ ਸੀ 20 ਲੱਖ ਦੀ ਆਪਾਂ ਨੂੰ ਖਰੀਦਣੀ ਪਈ ਸੀਗੀ ਠੀਕ ਹੈ ਜੀ ਤੇ ਉਹਦੇ ਮੈਂ ਦੇਖ ਰਿਹਾ ਸੀਗਾ ਵੀ ਆਪਾਂ ਬਣਾਉਣਾ ਵਾ ਪਹਿਲਾਂ ਜਿਹੜੇ ਆਸ਼ਰਮ ਚਲਾ ਰਹੇ ਕਦੀ ਵੇਖਿਆ ਜਾਵੇ ਵੀ 100 ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਵੇਂ ਹੁਣ ਉਹ ਮੈਂ ਦੇਖਿਆ ਵਾ ਵੀ ਜੇ ਬਜਟ ਘੱਟ ਵੀ ਹੋਵੇ ਤੇ ਆਪਾਂ ਉਹ ਬਣਾ ਸਕਦੇ ਹਾਂ ਇੱਕ ਹਾਂਜੀ 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 ਵੀ ਉਹ ਫਿਰ ਬਾਹਰ ਆਏ ਰਹਿਣ ਵੀ ਸਕਦੇ ਆਪਾਂ ਬਾਕੀ ਵੀਰੇ ਅਸੀਂ ਤਾਂ ਹੁਣ ਸ਼ੁਰੂ ਤੋਂ ਹੀ ਪ੍ਰਮਾਤਮਾ ਦੇ ਸਿਰ ਤੇ ਛੱਡਿਆ ਹੋਇਆ ਹੈ ਜੀ ਜੇ ਸਾਨੂੰ ਤਾਂ ਪ੍ਰਮਾਤਮਾ ਨੇ ਸੇਵਾ ਲਈ ਆ ਸਹੀ ਗੱਲ ਆ ਕਿਸੇ ਚੰਗੇ ਕਰਮ ਇਹਨਾਂ ਦੇ ਵੀਡੀਓ ਦੇਖਦਾ ਹੁੰਦਾ ਸੀਗਾ ਹਾਂਜੀ
एक मरीज की जिवें पालन पोषण करते ही अज हूँ हजार मरीज रोज आते रोज सेवा करके जाते बल्ले भरा कि फिर ठीक ठाक वधिया खुश कि अच्छा गुरुद्वारा साहब वेखिए वीर जी चले गए ना मिली उन्होंने मिलिए संस्था वालों इलाज की सेवा करते मैं अज मुला दयाने आए थे मैं देख के चल दिया कोई 100 चीजा सीखने को मिल दी हां कपड़ा नहीं पैंदा कीड़े पैसे सी डॉक्टर ने आप कड़े सी मेरे को फोटो भी है रिपोर्टा भी है कई कहते नहीं इदा नहीं हो सकता सब कुछ मेरा वीडियोग्राफी भी हुई है पीजी चंडीगढ़ दे बीबी रजनी तुर फिर सकते मेनू कुछ नहीं सुध दुद्ध कुछ नहीं पता मेनू जिथे डॉक्टर मेरी बाह रख दें उत्थे पई रही सी झूठ मारने वाली गल है जिदन ओरी हॉस्पिटल मैंने एडमिट कराया शुरू च स्टार्टिंग के पुट्ठा लमे पैया मैंने 5 घंटे सिंह साहब जी कट दे रहा है जिदा आप घा कटने मशीन नहीं होंगी इदा मेरी बॉडी से रखते सके जिथे रखते उ सारा स्किन लाई जाती मेरी सारा हाँ जी हाँ जी सही ला ला के नहीं मेरी लाया नहीं मेरी सारी स्किन नहीं सारी डैमेज थी कोई बचे नहीं आ था जो कुछ नहीं बचा मैंने उन्हें की किया कि मैंने सिर्फ ड्रैसिंग कितिया उन्हें मतलब क्या चमड़ी सारी ला के मेरी उधेड़ के सारी चमड़ी उतली जी गली सी उस तो बाद मैंने देंदे रहे स्टीरॉयड देंदे रहे मैं स्टीरॉयड दे के मैं ड्रैसिंग करते रहे होर कुछ नहीं किया तीन मेरे पूरा इतों लैके इतों पैरों तक पूरी पट्टिया लपेटिया होंगे सी तीन महीने मेरा उतो ट्रीटमेंट चलिया तो डॉक्टर ने पहला कह दिता से भी साढ़े हाथ खड़े भी असं कर रहे कोशिश कर रहे पर सूँ रिजल्ट नहीं मिल रहा तो साढ़े उत्तर बाबा जी भोला सिंह जी बाबा तारा सिंह साहब आप जी ने सुनया होना उन्होंने मेरी फोन पर गल हुई क्योंकि मैं सुन सकता बोल सकता सी बाकी मेरा शरीर सारा डैड सगा मदर मेरे ने मैं किया कि फोन कानून ला के बाबा जी ने गल कराई तो मैं उची उची रोन डा मैंने सिंह बाबे कहते तो रोना तू ठीक हो जाना मैं क्या बाबा जी मैंने तो जवाब मिल गया मैं कि ठीक होना मैंने कहते तेन गुरु रामदास के दरों जवाब नहीं मिलया तेन डॉक्टर का जवाब मिलया पहला वर्गा हो जाएगा तो सिंह साहब अज मेरी मैडिसिन तक नहीं चलती पूरा हैल्थी है अब मेरी मिसेज आज जो बैठे से हूँ लागे तो पूरा मेरी फैमिली आ किसी चीज़ की कोई भी प्रॉब्लम नहीं हैगी तो जो हूँ आप हूँ भी कुछ चंगा नहीं करते हाँ जी जन्म हो गया वाइफ थोड़े ऐसा हो गए मेंटली अपसेट हो गया दाड़ी केस कटाती सड़क तो चक चक गंद खांदा सी गुरमुखी सिखाई है सारी पर मैं जो नंघ दी तनखा लेके आपदी मैं दस रुपए नहीं दे सकती दिनी है मेरी भी घर लड़ाई पैंदी है कुटते मारते ਕੀਰਤਨ ਕਰਦਾ ਇੰਨੀ ਬਾਜ ਦੀ ਵਧੀਆ
इन्ना सोहना कीर्तन करता भाई भज के पूरा गुरबाणी कीर्तन कर सिंह साहब जी मैं जिवे वेखिया चीजा वेखिया वा जेडे बंदे ने उन्हें जबे बाण लग गए तबे रोस जा गए ए प्रसाद पुत आप कौन होंगे करने वाले तो मेरा नवतेज वीर नाल काफ़ी लिंक है गग्गू वीर नाल उत्थे मैं पिछन लैके जाता हूँ सर इधर क्योंकि साडा काफ़ी दूर पै जाए इतों तरन साहब तो हाँ तो मैं लुधियाने आना सड़े देवता सुपने सेगा कि जरूर सुपन के घर में वेख के आ जाए तो सिंह साहब जी दूसरा स्वर्ग है जी हाँ जी है परमात्मा की बनाई हुई है हाँ जी जी सापन के घर परसों उथो कहे भगत पूर्ण सिंह जी दे लग रहा कि वापस परसों उथे आए तो अज इत लगता वापस फिर उथे आ गया मैं भगत पूर्ण सिंह का जिम्मे बनिया आश्रम बनिया जो उन्होंने हाँ जी हाँ जी सिंह साहब जी तुम भी उन्होंने कोई किसी बंद घट नहीं जी गुरु रामदास मेहर करे हाँ जी जो उन्होंने किया पहली तो आप सोच भी नहीं सकते वाहेगुरु अज के समय के आप घरे बैठे वीडियो पाने हर एक बेडरूम चले सही गल जी सफर करना पैंदा तपस्या फिर महाराज ने भाग भी लाए मसंत और हर